ਬਈ ਆਹ ਬੰਦਾ ਮਿਹਨਤਾਂ ਲਾਈ ਜਾਂਦਾ, ਸਿਰੇ ਸਿਰੇ ਸਾਈਕਲ ਚਲਾਈ ਜਾਂਦਾ, ਸਿਰਾ ਲਾਈ ਜਾਂਦਾ। ਦੇਖ ਗੁੱਸੇ 'ਚ ਮੂੰਹ ਫੁੱਲੇ ਫੁੱਲੇ ਨਹੀਂ ਲੱਗ ਰਿਹਾ ਤੁਹਾਨੂੰ? ਇਹ ਗੁੱਸੇ ਅੱਜ ਮੇਰੇ ਨਾਲ, ਕਿਉਂਕਿ ਮੈਂ ਸੁੱਤਾ ਨਹੀਂ ਉੱਠਿਆ, ਲੇਟ ਉੱਠਿਆ। ਜਰਾ ਗੌਰ ਸੇ ਦੇਖੀਏ ਇਸ ਬੰਦੇ ਕੋ, ਸਾਂਤਾ ਡਾਕਟਰ ਐਕਚੁਅਲ ਪੋਟੈਟੋ ਕਹਿੰਦੇ ਨੇ, ਤੂੰ ਪੋਟੈਟੋ ਚਿਪਸ ਨਹੀਂ ਕਹਿੰਦੇ ਖਾਣ ਨੂੰ। ਔਖਾ ਹੋ ਜਾਂਦਾ, ਫੋਕਾ ਫੋਕਾ ਲੱਗਦਾ। ਸੈਲਡ ਨਾਲ ਚਿਪਸ ਵੀ ਚੱਲ ਰਹੇ ਨੇ। ਉਹ ਉਹਨੇ ਮੰਨਣਾ ਨਹੀਂ, ਉਹ ਗੁੱਸੇ ਹੋਇਆ ਏ। ਮੇਰੀ ਹਾਸੀ ਨਕਦਾ ਉਹ ਈਜ਼ਲੀ ਆ ਜਾਂਦੀ ਆ। ਕਿਉਂ ਆ ਜਾਂਦੀ ਆ? ਮੇਰੀ ਨਿਕਲ ਜਾਂਦੀ ਆ, ਇਹਦਾ ਮਤਲਬ ਇਹ ਨਾ ਬੰਦੇ ਮੰਨ ਗਈ। ਹੋਰ ਕੀ ਮੰਨਣਾ, ਇਹ ਤਾਂ ਮੇਰੀ ਨਾਰਮਲੀ ਆ ਜਾਂਦੀ ਆ। ਸਮਤਾ ਇੰਦਰ ਨੂੰ ਲੈ ਜਾ ਰੋ। ਕਿਉਂ ਸਮਤਾ, ਸਮਤਾ ਕਿਵੇਂ ਲੈ ਜਾਊਗੀ? ਕਹਿ ਕੇ ਵੀ ਵੇਰੇ ਚੱਲੋ। ਐਡੀ ਕੀ ਗੱਲ ਪਿੱਛੇ ਮੈਂ ਸੁੱਤਾ ਨਹੀਂ ਉੱਠਿਆ, ਇਹ ਕੋਈ ਗੱਲ ਹੁੰਦੀ ਆ? ਇਹ ਕੋਈ ਗੱਲ ਤਾਂ ਨਹੀਂ ਹੋਈ ਸੱਜਣਾ? ਹੂੰ ਕੀ ਸਾਈਕਲ ਚਲਾਉਂਦੇ ਤੇ ਸ਼ਾਟ ਲੈ ਰਿਹਾ ਮਸਾ ਚਲਾਉਣ ਦਾ ਕੀ। ਸਾਰੇ ਜਾਣੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਯੂਟਿਊਬ ਚੈਨਲ ਇੰਦਰ ਐਂਡ ਕੀਰਾ। ਆਹ ਦੇਖੋ ਮੈਂ ਜੂੜਾ ਕਰਕੇ ਕਿਵੇਂ ਬਣੀ ਹੋਈ ਅੱਜ। ਬਟ ਐਨੀਵੇਜ਼ ਗਾਈਸ, ਕਿਵੇਂ ਤੁਸੀਂ ਸਾਰੇ ਜਾਣੇ ਤੇ ਤੁਹਾਡਾ ਦਿਨ ਕਿਵੇਂ ਜਾ ਰਿਹਾ ਆ, ਪਲੀਜ਼ ਕਮੈਂਟ ਕਰਕੇ ਦੱਸਿਓ। ਤੇ ਮੈਂ ਖਾ ਰਹੀ ਸੀਗੀ ਜੀ ਰਾਈਸ ਐਂਡ ਪਨੀਰ। ਪਨੀਰ ਦੀ ਸਬਜ਼ੀ ਜਿਹੜੀ ਰਾਤ ਦੀ ਬਚੀ ਸੀ, ਰਾਈਸ ਬਚੇ ਨਹੀਂ ਸੀ, ਸੋ ਮੈਂ ਨਵੇਂ ਬਣਾਏ ਸੀਗੇ। ਐਂਡ ਇੰਦਰ ਆਪਣਾ ਸ਼ੇਕ ਬਣਾ ਰਹੇ ਨੇ। ਸੋ ਗਾਇਸ, ਮੈਂ ਤਾਂ ਲਾਸਟ ਵੀਡੀਓ ਜਦੋਂ ਮੈਂ ਆਈ ਥਿੰਕ ਯੂਜ਼ ਕਰ ਰਿਹਾ ਸੀਗਾ ਕੋਲਾਜਨ ਪ੍ਰੋਟੀਨ, ਅਤੇ ਉਦੋਂ ਕਿਸੇ ਨੇ ਪੁੱਛਿਆ ਸੀਗਾ ਵੀ ਇਹ ਕਾਹਦੇ ਲਈ ਹੁੰਦਾ। ਵੈਸੇ ਤਾਂ ਗਾਇਸ ਇੱਕ ਤਰ੍ਹਾਂ ਦਾ ਹਾਈਡਰੋਲਾਈਜ਼ ਪ੍ਰੋਟੀਨ ਵਾਂਗੂ ਵੀ ਤੁਸੀਂ ਯੂਜ਼ ਕਰ ਸਕਦੇ ਹੋ। ਯੈਸ, ਬਟ ਇਹ ਤੁਹਾਡੀ ਬਾਡੀ ਲਈ, ਤੁਹਾਡੀ ਸਕਿਨ ਲਈ, ਤੁਹਾਡੇ ਵਾਲਾਂ ਲਈ, ਤੁਹਾਡੇ ਨੋਹਾਂ ਲਈ, ਨੇਲਸ ਦਾ ਚੱਲ ਮਤਲਬ ਕੋਲਾਜਨ, ਨੇਲਸ ਦਾ ਤਾਂ ਚਲੋ ਮੁੰਡਿਆਂ ਨੂੰ ਇੰਨਾ ਹੁੰਦਾ ਨਹੀਂ, ਪਰ ਜਿਵੇਂ ਵਾਲਾਂ ਲਈ, ਬਾਡੀ ਲਈ ਤਾਂ ਵਧੀਆ ਹੁੰਦਾ ਕੋਲਾਜਨ ਪ੍ਰੋਟੀਨ। ਆਪਣੀ ਬਾਡੀ ਆ ਨਾ, ਉਹ ਖੁਦ ਕੋਲਾਜਨ ਪ੍ਰੋਡਿਊਸ ਕਰਦੀ ਆ। ਬਟ ਐਟ ਸਮ ਪੁਆਇੰਟ, ਜਿਵੇਂ ਕਿ ਜਦੋਂ ਤੁਸੀਂ ਵੱਡੇ ਹੋ ਜਾਂਦੇ ਹੋ, ਤਾਂ ਤੁਹਾਨੂੰ ਲੋੜ ਪੈਂਦੀ ਆ ਕਿ ਤੁਸੀਂ ਕੋਲਾਜਨ ਪ੍ਰੋਟੀਨ ਲਓ, ਤਾਂ ਕਿ ਐਡਾ ਵੀ ਵੱਡਾ ਨਹੀਂ ਬਾਬੇ ਮੈਂ, ਨਹੀਂ ਨਾਟ ਲਾਈਕ ਕਿ ਬੁੜੇ ਹੋ ਕੇ, ਬਟ ਇਨ ਲਾਈਕ 20-25 ਤੋਂ ਬਾਅਦ ਆਈ ਥਿੰਕ ਲੈਣਾ ਚਾਹੀਦਾ ਆ, ਤਾਂ ਕਿ ਤੁਹਾਡੀ ਜਿਹੜੀ ਸਕਿਨ ਦੀ ਇਲਾਸਟੀਸਿਟੀ ਆ ਐਂਡ ਤੁਹਾਡੇ ਨੇਲਸ ਆ, ਤੁਹਾਡੇ ਹੇਅਰ ਆ, ਉਹ ਹੈਲਦੀ ਰਹਿੰਦੇ ਆ, ਵਧੀਆ ਰਹਿੰਦੇ ਆ। ਬਾਕੀ ਵੇ ਪ੍ਰੋਟੀਨ ਲੈਂਦੇ ਆ ਤੇ ਇੰਦਰ ਵੇ ਪ੍ਰੋਟੀਨ ਵੀ ਲੈਂਦੇ ਆ। ਤੇ ਹਾਂ, ਮਤਲਬ ਕਿ ਜਿਹੜੇ ਯੰਗ ਮੁੰਡੇ ਹੁੰਦੇ ਆ ਨਾ, ਉਹਨਾਂ ਨੂੰ ਬਹੁਤ ਸ਼ੌਂਕ ਹੁੰਦਾ ਛੇਤੀ ਉਹ ਵੀ ਅਸੀਂ ਪ੍ਰੋਟੀਨ ਲੈਣਾ ਸ਼ੁਰੂ ਕਰ ਦਈਏ, ਬਟ ਜਦ ਤੱਕ ਤੁਸੀਂ ਵਰਕਆਊਟ ਸਟਾਰਟ ਨਹੀਂ ਕਰਦੇ ਉਦੋਂ ਤੱਕ ਪ੍ਰੋਟੀਨ ਨਹੀਂ ਲੈਣਾ ਚਾਹੀਦਾ, ਹਨਾ? ਪ੍ਰੋਟੀਨ ਤਾਂ ਚਲੋ ਜਿਹੜੇ ਲੈਂਦੇ ਨੇ ਠੀਕ ਆ, ਜਿਹੜਾ ਵੇਟ ਗੇਨਰ ਹੈਗਾ ਇਸ ਜਮੀ ਨਹੀਂ ਲੈਣਾ ਜ਼ਿੰਦਗੀ ਚ ਨਾ, ਉਹ ਤਾਂ ਨਿਰੇ ਨਿਰੇ, ਤੁਸੀਂ ਕਹਿੰਦੇ ਹੁੰਦੇ ਨੇ ਨਿਰੀ ਗਾਰਬੇਜ ਆ। ਯੈਸ, ਵੇਟ ਗੇਨਰ ਨਿਰੇ ਹੀ ਗਾਰਬੇਜ ਆ, ਕੋਈ ਵੀ ਨਾ ਲਿਓ, ਕਦੇ ਵੀ ਨਾ ਲਿਓ, ਬਹੁਤ ਜ਼ਿਆਦਾ ਤੁਹਾਡੀ ਬੋਡੀ ਨੂੰ ਨੁਕਸਾਨ ਹੁੰਦਾ। ਮੈਂ ਲਏ ਹੋਏ ਨੇ 2-3 ਡੱਬੇ, ਸਟ੍ਰੈਚ ਮਾਰਕਸ ਕਰਨ ਲੱਗ ਜਾਂਦੇ ਤੁਹਾਡੀ ਬੋਡੀ 'ਤੇ, ਕਿਉਂਕਿ ਤੁਹਾਡੀ ਬੋਡੀ ਇੰਨਾ ਝੱਲਦੀ ਨਹੀਂ ਹੈਗੀ ਵੀ ਜਿੰਨਾ ਉਹ ਇੱਕਦਮ ਹੈ ਨਾ ਤੁਹਾਡਾ ਵੇਟ ਗੇਨ ਕਰਦਾ, ਅਤੇ ਤੁਹਾਡੀ ਬੋਡੀ 'ਤੇ ਸਟ੍ਰੈਚ ਮਾਰਕਸ ਆਉਣ ਲੱਗ ਜਾਂਦੇ ਆ। ਵੇਟ ਗੇਨਰ ਕਦੇ ਨਹੀਂ ਲੈਣਾ, ਕਦੇ ਵੀ ਜ਼ਿੰਦਗੀ 'ਚ ਗਲਤੀ ਨਹੀਂ ਕਰਨੀ, ਮੈਨੇ ਕੀਤੀ ਹੋਈ ਆ, ਮੈਂ ਤੁਹਾਨੂੰ ਤਾਂ ਦੱਸ ਰਿਹਾ, ਕੋਈ ਨਹੀਂ ਗਾਈਡ ਕਰ ਸਕਦੇ। ਇੰਡੀਆ 'ਚ ਪਤਾ ਜਿੰਮ ਵਾਲੇ ਕਰਨ ਲੱਗ ਜਾਂਦੇ, ਨਹੀਂ ਲੈ ਲਓ ਲੈ ਲਓ, ਕੁਛ ਨਹੀਂ ਹੁੰਦਾ ਗਾਈਡ, ਬਹੁਤ ਕੁਛ ਹੁੰਦਾ, ਨਾ ਲਿਓ, ਤੁਹਾਡੇ ਡਾਈਜੈਸਟਿਵ ਸਿਸਟਮ, ਤੁਹਾਡਾ ਸਾਰਾ ਸਾਰਾ ਢਾਂਚਾ ਹਿਲਾ ਦੂਗਾ। ਸਪੈਸ਼ਲੀ ਯੰਗ ਬੋਇਜ਼ ਆ ਜਿਹੜੇ, ਉਹ ਵੀ ਜਦੋਂ ਤੱਕ ਤੁਸੀਂ ਵਰਕਆਊਟ ਕਰਨਾ ਸਟਾਰਟ ਨਹੀਂ ਕਰਦੇ, ਜਿਮ ਲਾਉਣਾ ਸਟਾਰਟ ਨਹੀਂ ਕਰਦੇ, ਉਦੋਂ ਤੱਕ ਵੇ ਪ੍ਰੋਟੀਨ ਵੀ ਨਾ ਲਿਆ ਕਰੋ। ਕਹਿੰਦਾ ਤੁਸੀਂ ਬਣਾਉਣੇ ਘੱਟ ਕਿ ਬਚਦੀ ਨਹੀਂ ਸਬਜ਼ੀ, ਮੈਂ ਕਿਹਾ ਬਚਦੀ ਨਹੀਂ, ਸਵਾਦ ਨਹੀਂ ਹੁੰਦੀ। ਸੱਤ ਤਾਂ ਜਾਣਿਆ, ਸੱਤ ਜਣੇ ਆ ਅੱਜ ਬਣੂਗੀ, ਜਿਸ ਨੂੰ ਲੱਗੀ ਆ ਭੁੱਖ ਕੰਮ ਤੋਂ ਆ ਕੇ, ਤੇ ਇੱਧਰ ਬਣ ਰਹੀ ਆ ਭਿੰਡੀ, ਭਿੰਡੀ
ਜੋ ਕਿ ਮੈਨੂੰ ਜਮਾ ਸਵਾਦ ਨਹੀਂ ਲੱਗਦੀ ਮੇਰੇ ਵੀਰੋ ਜਮਾ ਹੀ ਮੈਨੂੰ ਬਾਰੀ ਘੈਂਟ ਲੱਗਦੀ ਆ ਤੈਨੂੰ ਲੱਗਦੀ ਵਧੀਆ ਸਬਜ਼ੀ ਬਣਾ ਰਿਹਾ ਜਸ਼ਨ ਆਉਂਦੀ ਨੀ ਤੇ ਉਹ ਵੀ ਸਿਖਾ ਦਾਂਗੇ ਕਰਦੀ ਨੀ ਕਿਵੇਂ ਰਿਹਾ ਉਹਨੂੰ ਦੇਖ ਦੇਖ ਕੇ ਮੈਂ ਅੱਜ ਆ ਗਿਆ ਸੀ ਗਰਮ ਪਾਣੀ ਵਧੀਆ ਲੇਟ ਆਇਆ ਕਰਨੇ ਕਹਿੰਦਾ ਅੱਜ ਹੁਣ ਡਰ ਲੱਗੀ ਗਿਆ ਵੀ ਹੁਣ ਨਾ ਜੇ ਠੰਡਾ ਪਾਣੀ ਹੁਣ ਨਾ ਆ ਦੇਖੋ ਭੰਗੜਾ ਵਰਕਆਊਟ ਕਰਨ ਲੱਗੇ ਨੇ ਹੁਣ ਤਾਂ ਕਰੀ ਆਉਂਦਾ ਸੀ ਮੈਂ ਨੀ ਜੀ ਤੁਹਾਡੇ ਤਿੰਨਾਂ ਨੂੰ ਨੀ ਆਉਂਦਾ ਇੱਧਰ ਵੈਕਿਊਮ ਥੱਲੇ ਰੱਖ ਸਾਡੇ ਘਰੇ ਆਲ ਵਰਲਡ ਦੇ ਭੰਗੜੇ ਵਾਲੇ ਆ ਗਏ ਮੇਰੇ ਵੀਰਿਓ ਆਲ ਵਰਲਡ ਦਾ ਭੰਗੜੇ ਦੇ ਕੈਪਟਨ ਆ ਚੁੱਕੇ ਨੇ ਬਈ ਤੁਸੀਂ ਅੱਜ ਤਾਂ ਆਲ ਵਰਲਡ ਦਾ ਭੰਗੜਾ ਪਾ ਲਿਆ ਸਾਰਿਆਂ ਨੇ ਜਸ਼ਨ ਗ੍ਰੋਸਰੀ ਲੈਣ ਆਇਆ ਤੁਸੀਂ ਕਹਿੰਦੇ ਹੋਵੋਗੇ ਵੀ ਬਾਹਰ ਤਾਂ ਇੱਕ ਜਣਾ ਅਲਾਊਡ ਆ ਵੀ ਤੁਸੀਂ ਦੋ ਜਣੇ ਕਿਵੇਂ ਫਿਰਦੇ ਹੋ ਸੋ ਜੇ ਜਿਵੇਂ ਮੇਰੀ ਤਾਂ ਗਿੰਨੂ ਨਾਲ ਫੈਮਿਲੀ ਆ ਅਤੇ ਜਸ਼ਨ ਅਲੱਗ ਆ ਹੈ ਨਾ ਵੀ ਤੁਸੀਂ ਇੱਕ ਫੈਮਿਲੀ ਦਾ ਇੱਕ ਮੈਂਬਰ ਆ ਸਕਦਾ ਪਰ ਅਸੀਂ ਅੱਡ ਅੱਡ ਫੈਮਿਲੀ ਤੋਂ ਸੋ ਅਸੀਂ ਦੋ ਜਣੇ ਆ ਸਕਦੇ ਹਾਂ ਅਤੇ ਅਸੀਂ ਸਮਾਨ ਲੈ ਰਹੇ ਹਾਂ ਹੁਣ ਜਦੋਂ ਲੋਕਡਾਊਨ ਹੁੰਦਾ ਉਹ ਤਾਂ ਗਰੋਸਰੀ ਲੈਣ ਨੂੰ ਮੱਲੋ ਮੱਲੇ ਜੀ ਕਰਦਾ ਹੁੰਦਾ ਵੀ ਬਾਹਰ ਜਾਈਏ ਕਿਸੇ ਬਹਾਨੇ ਨਾਲ ਆਨੇ ਬਹਾਨੇ ਹੈ ਨਾ ਫਿਰ ਬਾਹਰ ਨਿਕਲਣ ਨੂੰ ਜੀ ਕਰਦਾ ਜੇ ਲੋਕਡਾਊਨ ਨਾ ਹੋਵੇ ਫਿਰ ਤਾਂ ਗਰੋਸਰੀ ਲੈਣ ਨੂੰ ਵੀ ਨਹੀਂ ਜੀ ਕਰਦਾ ਕਹਿੰਦੇ ਆਹ ਕੀ ਲੈ ਲਿਆ ਕਹਿੰਦੇ ਬਹੁਤ ਵੱਡਾ ਚਿਪਸ ਦਾ ਪੈਕਟ ਲੈ ਲਿਆ ਮੇਰੇ ਵੀਰੋ ਅਤੇ ਗਰੋਸਰੀ ਲੈ ਲਈ ਗਾਇਸ ਅਸੀਂ ਨੇ ਲਈ ਜਾਂਦੇ ਹਾਂ ਸਾਨੂੰ ਤਾਂ ਇਹੀ ਲੱਗ ਰਿਹਾ ਵੀ ਅਸੀਂ ਘੁੰਮ ਰਹੇ ਘਰੇ ਜਾਣ ਨੂੰ ਜੀ ਨਹੀਂ ਕਰ ਰਿਹਾ
ਮੁੰਡੇ ਨੇ ਕਹਿੰਦੇ ਐਨਕਾਂ ਲੈਣੀਆਂ ਨੇ ਮੇਰੇ ਵੀਰੋ, ਸੋ ਕਹਿ ਰਹੇ ਸੀ ਕਿ ਨਾ ਮੈਨੂੰ ਕੋਸਟਕੋ ਤੋਂ ਮਿਲਿਆ ਆਹ ਹੈਮ ਸੀਡ ਦਾ ਪ੍ਰੋਟੀਨ, ਅਤੇ ਬਹੁਤ ਵਧੀਆ ਲੱਗਿਆ ਮੈਨੂੰ, ਅਤੇ $10 ਔਫ ਵੀ ਲੱਗਿਆ ਹੋਇਆ ਮੈਨੂੰ, ਬਹੁਤ ਵਧੀਆ ਲੱਗਿਆ ਹੈਮ ਸੀਡ, ਮੈਨੂੰ ਵਧੀਆ ਲੱਗਿਆ ਜਦੋਂ ਇਹਦੇ ਮੈਨੇ ਬੈਨੀਫਿਟਸ ਪੜ੍ਹੇ ਤਾਂ ਬਹੁਤ ਜ਼ਿਆਦਾ ਬੈਨੀਫਿਟਸ ਨੇ, ਅਤੇ ਹੈਗਾ ਵੀ ਪਲਾਂਟ ਬੇਸਡ ਦਾ, ਠੀਕ ਆ, ਅਤੇ ਵਧੀਆ ਲੱਗਿਆ। ਕਹਿੰਦੇ ਕਿੱਥੇ ਆ ਗਏ, ਕਹਿੰਦੇ ਉੱਥੇ ਆ ਗਏ ਜਿੱਥੇ ਮੁੰਡੇ 350 ਦੀ ਗਰੋਸਰੀ 3 ਦਿਨਾਂ 'ਚ ਖਾ ਜਾਂਦੇ, ਅਤੇ ਡਕਾਰ ਵੀ ਨਹੀਂ ਮਾਰਦੇ, ਡਕਾਰ ਵੀ ਨਹੀਂ ਮਾਰਦੇ, ਹਟੇ ਇਹ ਵਾਲਾ ਐਕਚੁਅਲੀ ਸੰਤਾ ਨੇ ਪਾਏ ਜਦੋਂ ਉਹਨੇ ਆਹ ਵਾਲਾ ਸੂਟ ਪਾਇਆ ਸੀਗਾ, ਸੋ ਮੈਂ ਉਹ ਚੇਂਜ ਕਰ ਕਿਉਂਕਿ ਮੇਰੇ ਸੂਟ ਨਾਲ ਮੈਚ ਨਹੀਂ ਕਰਦਾ, ਐਂਡ ਮੇਰੇ ਕੋਲ ਗੋਲਡ ਹੈਗਾ, ਸੋ ਮੈਂ ਗੋਲਡ ਪਾਉਣ ਲੱਗੀ ਹਾਂ। ਇਹ ਹੈ ਦੀਦੀ, ਮੇਰੀ ਗੁੱਸ ਕਰਦੇ, ਮੇਰੇ ਨੱਚਦੇ ਦੇ ਖੁੱਲ ਗਏ ਬਾਹਰ ਦੀਦੀ। ਆਹ ਵਾਲੀ ਜਿਹਨੂੰ, ਹਾਂ ਮਿੱਟੀ ਆਹ ਵਾਲੀ, ਹਾਂਜੀ। ਸੋ ਇਹ ਆ ਮੇਰੀ ਫੁੱਲ ਲੁੱਕ, ਅਤੇ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਆਈ ਸਾਰੇ ਲੋਕ ਕਿਵੇਂ ਟਰਨ ਆਊਟ ਹੋਈ ਆ। ਐਂਡ ਮੈਂ ਆਪਣੇ ਦੂਜੇ ਚੈਨਲ 'ਤੇ ਇਹ ਜਿਹੜੀ ਮੇਕਅਪ ਲੁਕਾਓ 'ਤੇ ਵੀ ਟਿਊਟੋਰੀਅਲ ਬਣਾਇਆ, ਸੋ ਪਲੀਜ਼ ਜ਼ਰੂਰ ਚੈੱਕਆਊਟ ਕਰਿਓ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਉਹ ਵਾਲੇ ਚੈਨਲ ਨੂੰ ਵੀ। ਅਤੇ ਹੁਣ ਅਸੀਂ ਸ਼ੂਟ ਕਰ ਰਹੇ ਸੀਗੇ ਸਾਰਾ ਫੋਟੋਜ਼ ਐਂਡ ਵੀਡੀਓਜ਼, ਠੰਡ ਬਹੁਤ ਲੱਗ ਰਹੀ ਆ, ਸੋਰੀ ਜਿਹੜੇ ਹੈਡਫੋਨ ਲਾ ਕੇ ਸੁਣਦੇ ਜਦੋਂ ਮੈਂ ਹੱਥ ਚ ਕੈਮਰਾ ਹੁੰਦਾ ਉਹਨਾਂ ਨੂੰ ਸੋਰੀ ਦਿਲੋਂ ਸੋਰੀ। ਬਹੁਤ ਹੀ ਪਿਆਰਾ ਸੂਟ ਆ ਤੇ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਇਹਦੇ ਤੇ, ਐਂਡ ਇਸਦੇ ਨਾਲ ਆ ਪਲਾਜ਼ੋ ਆ, ਐਂਡ ਆ ਦੁਪੱਟਾ ਆ ਡਬਲ ਸ਼ੇਡਡ। ਓ ਆਈ ਲਵ ਦਿਸ ਦੁਪੱਟਾ,
ਆ ਗੋਟਾ ਮੈਨੂੰ ਬੜਾ ਸੋਹਣਾ ਲੱਗਦਾ। ਸੋ ਯੈਸ ਇਹ ਆ ਜੀ ਸੂਟ, ਥੈਂਕ ਯੂ ਸੋ ਮੱਚ ਏਕਮ ਕ੍ਰੀਏਸ਼ਨਸ ਚੰਡੀਗੜ੍ਹ। ਜਿਵੇਂ ਕਿ ਮੈਂ ਬਾਕੀ ਸਾਰੇ ਸੂਟਸ ਨੂੰ ਕਹਿੰਦੀ ਹਾਂ, ਅਤੇ ਇਹ ਵੀ ਮੈਂ ਛੇਤੀ ਹੀ ਪਾ ਕੇ ਦਿਖਾਊਂਗੀ ਆਪਣੇ ਇੰਸਟਾਗ੍ਰਾਮ 'ਤੇ। ਥੈਂਕ ਯੂ। ਕੀ ਹੋ ਗਿਆ, ਵੱਡਾ ਪੀਸ ਖਾ ਗਈ? ਉਸਤਾਦ ਵਾਟਰਮੈਲਨ ਨਹੀਂ ਲੰਘ ਰਿਹਾ ਦਿਖਾਏ, ਦੇਖੋ ਲੱਡੂ ਥੋੜ੍ਹੀ ਪਾਇਆ। ਇੱਧਰ ਰਾਤ ਨੂੰ ਵਾਟਰਮੈਲਨ ਚੱਲ ਰਿਹਾ, ਦੱਸੋ ਇਹ ਟਾਈਮ ਹੈ ਕੋਈ ਖਾਣ ਦਾ? ਇਕੱਲੀ ਬੈਠੀ ਖਾਈ ਜਾਂਦੀ ਆ। ਹਾਂ, ਦੂਜਾ ਚਮਚ ਕੀ ਹੈ? ਜਸ਼ਨ ਦਾ ਖਾ ਹਟਿਆ। ਸੋ ਗਾਇਸ, ਇਹ ਸੀਗੀ ਸਾਡੀ ਅੱਜ ਦੀ ਵੀਡੀਓ, ਹੋਪਫੁਲੀ ਤੁਹਾਨੂੰ ਪਸੰਦ ਆਈ ਹੋਊਗੀ, ਅਤੇ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ 'ਚ। ਅਤੇ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ, ਕਿਉਂਕਿ ਹਜੇ ਵੀ ਬਹੁਤ ਲੋਕਾਂ ਨੇ ਸਬਸਕ੍ਰਾਈਬ ਨਹੀਂ ਕੀਤਾ, ਬਟ ਵੀਡੀਓ ਦੇਖਦੇ ਸਾਡੀ। ਸੋ ਪਲੀਜ਼ ਸਬਸਕ੍ਰਾਈਬ ਕਰ ਲਓ ਇਸ ਚੈਨਲ ਨੂੰ, ਅਤੇ ਅਸੀਂ ਕਰਦੇ ਹਾਂ ਇੰਜੋਏ ਵਾਟਰਮੈਲਨ, ਅਤੇ ਤੁਸੀਂ ਵੀ ਵੱਧ ਕੀ ਨਹੀਂ ਖਾਧਾ ਭਾਜੀ, ਧਿਆਨ ਰੱਖਿਆ ਕਰੋ। ਚਲੋ ਬਾਏ, ਲੱਸੀ।